Now, Kabir.
sabe. ਕਬੀਰ ਜੀ ਦਾ ਸਲੋਕ ਉਹਦੇ ਇੱਕ ਲਫ਼ਜ਼ ਦੇ ਅਰਥ ਸਮਝਣ ਨਾਲ ਸਾਰਾ ਕੁਝ ਸਾਹਮਣੇ ਆ ਜਾਏਗਾ। ਜਿਹੜੇ ਵੀ ਭੈਣਾਂ ਬੱਚੀਆਂ ਘਰ ਬੈਠ ਕੇ ਗੁਰਬਾਣੀ ਗੁਰਮਤ ਦੀ ਸਟੱਡੀ ਕਰਦੀਆਂ ਨੇ ਕਰਦੇ ਨੇ ਉਹਨਾਂ ਲਈ ਮੁਸ਼ਕਲ ਨਹੀਂ ਬਣ ਆਉਂਦੀ, ਪਰ ਇੱਥੋਂ ਦੀ ਮਰਿਆਦਾ ਮੁਤਾਬਕ ਸਾਡਾ ਮਕਸਦ ਹੁੰਦਾ ਇੱਥੇ ਹਰ ਆਉਣ ਵਾਲੇ ਬਸ਼ਰ ਗੁਰਬਾਣੀ ਦੀ ਸ਼ਬਦਾਵਲੀ ਦਾ ਵੀ ਪਤਾ ਲੱਗੇ, ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਉਹਨਾਂ ਨੂੰ ਅਸਲੀਅਤ ਲੱਭ ਸਕੇ। ਹੁਣ ਇੱਥੇ ਬਾਬਾ ਕਬੀਰ ਜੀ ਦਾ ਹੀ ਸ਼ਬਦ ਹੈ ਜਿਸ ਦੀ ਇੱਕ ਲਾਈਨ ਵਿੱਚ ਤਿੰਨ ਵਾਰ ਕਬੀਰ ਸ਼ਬਦ ਆਇਆ, ਤਿੰਨ ਵਾਰ ਕਬੀਰ ਸ਼ਬਦ ਆਇਆ। ਪਰ ਸਮਝਣਾ ਜ਼ਰੂਰੀ ਹੈ ਕਬੀਰ ਦਾ ਅਰਥ ਕੀ ਹੈ। ਬਾਬਾ ਕਬੀਰ ਕਹਿੰਦੇ ਦੁਨੀਆਂ ਦੇ ਲੋਕੋ, ਮੈਂ ਇੱਕ ਗੱਲ ਦੱਸਣਾ ਚਾਹੁੰਦਾ, ਮੇਰੇ ਮਾਂ ਪਿਓ ਨੇ ਮੇਰਾ ਨਾਂ ਕਬੀਰ ਰੱਖ ਦਿੱਤਾ ਹੈ, ਕਬੀਰ ਰੱਖ ਦਿੱਤਾ। ਮੈਂ ਇੱਕ ਵਾਰ ਅਰਜ਼ ਕੀਤੀ ਵੀ ਸੀ ਕਿ ਬੱਚਿਆਂ ਦੇ ਮਾਂ ਪਿਓ ਮਾਤਾ ਪਿਤਾ ਬੱਚਿਆਂ ਦਾ ਨਾਂ ਰੱਖ ਦਿੰਦੇ, ਕਈ ਵਾਰੀ ਤਾਂ ਜਨਮ ਤੋਂ ਵੀ ਪਹਿਲਾਂ ਨਿਸ਼ਚਿਤ ਕਰ ਲੈਂਦੇ ਨੇ ਬੱਚੀ ਹੋਈ ਤਾਂ ਆਹ ਨਾ ਰੱਖਾਂਗੇ, ਬੇਟਾ ਹੋਇਆ ਤੇ ਆਹ ਨਾ ਰੱਖਾਂਗੇ। ਆਪਣੇ ਕਿਹਾ ਫਿਰ ਆਪਣੇ ਚਾਅ ਨੂੰ ਪੂਰਾ ਕਰਨ ਵਾਸਤੇ ਉਹ ਨਾ ਉਹਨਾਂ ਨੇ ਆਪ ਨਿਸ਼ਚਿਤ ਕਰਨਾ ਹੁੰਦਾ। ਔਰ ਕਿੱਡੀ ਅਜੀਬ ਗੱਲ ਹੈ ਸਾਡੇ ਦੇਸ਼ ਦੀ, ਸਾਡੀ ਸਭ ਸਾਡੇ ਕਲਚਰ ਦੀ ਰਵਾਇਤ ਮੁਤਾਬਕ ਅਸੀਂ ਨਾਮ ਰੱਖਣ ਲੱਗੇ ਹਾਂ ਉਹਦੇ ਵਿੱਚੋਂ ਭਾਵਨਾਵਾਂ ਵੀ ਪਾਲਦੇ ਹਾਂ, ਨਾਲ ਹੀ ਕਹਿੰਦੇ ਹਾਂ ਜੀ ਇਸ ਨਾਮ ਦਾ ਅਰਥ ਕੀ ਹੋਇਆ, ਜੇ ਇਹ ਨਾਂ ਰੱਖ ਲਈਏ ਤਾਂ ਇਹਦਾ ਅਰਥ ਕੀ ਬਣੇਗਾ, ਅਰਥ ਵੀ ਪਾਲਦੇ ਹਾਂ। ਪਰ ਉਹ ਅਰਥ ਜਿਸ ਬੱਚੇ ਦਾ ਨਾਮ ਰੱਖਿਆ ਜਾ ਰਿਹਾ ਹੈ ਉਹਦੇ ਜੀਵਨ ਵਿੱਚ ਘਟਦਾ ਹੈ ਨਹੀਂ ਘਟਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਬੱਚਾ ਤਾਂ ਅਜੇ ਗੋਦੀ ਚ ਆਇਆ, ਉਹਨੇ ਵੱਡਾ ਹੋਣਾ, ਉਹਨੇ ਪਹਿਲਾਂ ਬੱਚਿਆਂ ਵਿੱਚ ਆਪਣੇ ਦੋਸਤਾਂ ਵਿੱਚ ਆਪਣਾ ਜੀਵਨ ਪ੍ਰੈਜੈਂਟ ਕਰਨਾ, ਪੇਸ਼ ਕਰਨਾ, ਮੁੜ ਉਸਨੇ ਆਪਣੇ ਭਾਈਚਾਰੇ ਵਿੱਚ ਆਪਣੇ ਪਰਿਵਾਰ ਵਿੱਚ ਆਪਣਾ ਜੀਵਨ ਪੇਸ਼ ਕਰਨਾ। ਕਿਹੋ ਜਿਹਾ ਸਾਬਤ ਹੁੰਦਾ ਹੈ ਇਹ ਤਾਂ ਸਾਨੂੰ ਪਤਾ ਹੀ ਨਹੀਂ, ਪਰ ਅਸੀਂ ਜਿਹੜੀਆਂ ਭਾਵਨਾਵਾਂ ਜਿਹੜੇ ਅਰਥ ਸਾਨੂੰ ਚੰਗੇ ਲੱਗਦੇ ਹੋਣ
ਅਸੀਂ ਉਸ ਦੇ ਮੁਤਾਬਕ ਉਸਦਾ ਨਾਮ ਨਿਸ਼ਚਿਤ ਕਰ ਲੈਂਦੇ ਹਾਂ। ਅਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇਹੋ ਕਾਰਨ ਹੈ ਕਿ ਜ਼ਰੂਰੀ ਨਹੀਂ ਜਿਹੜਾ ਨਾਂ ਅਸੀਂ ਰੱਖੀਏ ਬੱਚਾ ਉਸ ਨਾਮ ਦੇ ਅਨੁਕੂਲ ਹੋਵੇ ਕਿ ਨਾ ਹੋਵੇ। ਗੱਲ ਕੀਤੀ ਸੀ ਕਿਸੇ ਜ਼ਾਲਮ ਦਾ ਨਾਮ ਦਇਆ ਸਿੰਘ ਰੱਖ ਦਿੱਤਾ ਜਾਏ ਕੋਈ ਵੱਡੀ ਗੱਲ ਨਹੀਂ, ਸਾਰੀ ਜ਼ਿੰਦਗੀ ਉਹ ਅਨਪੜ੍ਹ ਰਹੇ, ਪੜ੍ਹ ਨਾ ਸਕੇ, ਸਕੂਲ ਜਾਏ ਨਾ, ਅਤੇ ਅਸੀਂ ਉਹਦਾ ਨਾਂ ਸਤਨ ਬੁੱਧ ਸਿੰਘ ਰੱਖ ਦੇਈਏ। ਕੋਈ ਬਹੁਤ ਅਮੀਰ ਸਾਰੀ ਜ਼ਿੰਦਗੀ ਰੋਟੀ ਨੂੰ ਰੱਜ ਰੋਟੀ ਨੂੰ ਤਰਸਦਾ ਰਹਿ ਜਾਏ, ਅਸੀਂ ਉਹਦਾ ਨਾਂ ਅਮੀਰ ਸਿੰਘ ਰੱਖ ਦੇਈਏ, ਕਿਉਂਕਿ ਸਾਡੀਆਂ ਭਾਵਨਾਵਾਂ ਵਿੱਚੋਂ ਉਹਨੇ ਜਨਮ ਲਿਆ ਨਾਮ ਨੇ। ਬੱਚੇ ਬਾਰੇ ਨੇ ਹੁਣ ਬਾਬਾ ਕਬੀਰ ਜੀ ਦਾ ਅੱਜ ਦਾ ਸਲੋਕ ਵੀ ਇਸ ਗੱਲ ਨੂੰ ਤਾਕੀਦ ਕਰਦਾ ਤੇ ਕਹਿੰਦਾ, ਦੁਨੀਆਂ ਦੇ ਲੋਕੋ ਮੇਰੇ ਮਾਂ ਬਾਪ ਨੇ ਮੇਰਾ ਨਾਂ ਕਬੀਰ ਰੱਖ ਦਿੱਤਾ, ਉਹਨਾਂ ਨੇ ਨਹੀਂ ਸਮਝਿਆ ਮੈਂ ਕਬੀਰ ਹੋਵਾਂਗਾ ਵੀ ਕਿ ਨਹੀਂ ਹੋਵਾਂਗਾ। ਹੁਣ ਇੱਥੇ ਸਾਨੂੰ ਸਮਝਣ ਦੀ ਲੋੜ ਹੈ ਕਿ ਕਬੀਰ ਦਾ ਅਰਥ ਕੀ ਹੈ, ਤਾਂ ਕਿ ਬਾਬਾ ਕਬੀਰ ਜੀ ਦੇ ਸ਼ਬਦ ਨੂੰ ਸਮਝ ਸਕੀਏ। ਇਸ ਦਾ ਜਵਾਬ ਸ੍ਰੀ ਗੋਬਿੰਦ ਸਾਹਿਬ ਦੀ ਬਾਣੀ ਵਿੱਚੋਂ ਹੀ ਸਾਨੂੰ ਮਿਲਦਾ ਹੈ ਕਿ ਕਬੀਰ ਦਾ ਅਰਥ ਕੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਸ਼ਬਦ ਹੈ ਰਾਗ ਤਿਲਾਂ ਦੇ ਵਿੱਚ, ਜਿਹਦੇ ਵਿੱਚ ਉਹ ਰੱਬ ਨੂੰ, ਪ੍ਰਭੂ ਨੂੰ, ਮਾਲਿਕ ਨੂੰ, ਈਸ਼ਵਰ ਨੂੰ ਮੁਖਾਤਬ ਕਰਦੇ ਨੇ ਤੇ ਕਿੰਨਾ ਲਫ਼ਜ਼ਾਂ ਨਾਲ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ, ਰੱਬ ਨੂੰ ਮੁਖਾਤਬ ਕਰਦਿਆਂ ਉਹ ਇਹ ਕਹਿੰਦੇ ਨੇ, ਹੇ ਮੇਰੇ ਰੱਬ, ਮੈਂ ਇੱਕ ਤੇਰੇ ਅੱਗੇ ਬੇਨਤੀ ਕਰਨ ਲੱਗਾ, ਆਪਣਾ ਧਿਆਨ ਦੇ ਕੇ ਕੰਨਾਂ ਨਾਲ ਕੰਨ ਦੇ ਕੇ ਸੁਣੀ ਤੇ ਮੈਂ ਤੇਰੇ ਅੱਗੇ ਕਿਉਂ ਬੇਨਤੀ ਕਰਨ ਲੱਗਾ, ਕਿਸੇ ਹੋਰ ਅੱਗੇ ਕਿਉਂ ਨਹੀਂ ਕਰਦਾ, ਕਿਉਂਕਿ ਮੈਂ ਆਪਣੀ ਬੇਨਤੀ ਲਈ, ਆਪਣੀ ਮੰਗ ਲਈ ਤੈਨੂੰ ਹੀ ਇੱਕ ਸਮਝਿਆ ਯੋਗ ਜਿੰਦ ਜਿਹੜਾ ਮੇਰੀਆਂ ਮੰਗਾਂ ਮੇਰੀ ਮਨ ਦੀ ਚਾਹਤ ਪੂਰੀ ਕਰ ਸਕੇ। ਉੱਥੇ ਗੁਰੂ ਨਾਨਕ ਇਹ ਲਫ਼ਜ਼ ਕਹਿੰਦੇ, ਹੱਕ ਕਹਿੰਦੇ ਨੇ ਰੱਬ ਨੂੰ, ਹੱਕਾ ਉੱਥੇ ਪਹਿਲਾ ਨਾਂ ਹੀ ਕਬੀਰ ਲੈਂਦੇ ਨੇ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਗਾਰ, ਚਾਰ ਨਾਮ ਲੈ ਰੱਬ ਮੈਂ ਆਪਣੀ ਫਰਿਆਦ ਲੈ ਕੇ ਤੇਰੇ ਦਰ ਤੇ ਕਿਉਂ ਆਇਆ, ਹੇ ਹੱਕਾ ਕਬੀਰ ਬਹੁਤ ਵੱਡਾ ਹੈ, ਕਬੀਰ ਦਾ ਅਰਥ ਹੈ ਬਹੁਤ ਵੱਡਾ, ਤੂੰ ਬਹੁਤ ਵੱਡਾ ਹੈ, ਕਰੀਮ ਕਰਮ ਕਰਨ ਵਾਲਾ, ਰਹਿਮਤ ਕਰਨ ਵਾਲਾ, ਬਹੁਤ ਵੱਡਾ ਦਇਆਵਾਨ ਵੀ ਹੈ, ਹੱਕਾ ਕਬੀਰ ਕਰੀਮ ਤੂੰ ਬੜਾ ਪਵਿੱਤਰ ਹੈ, ਤੇਰੇ ਵਿੱਚ ਕੋਈ ਐਬ ਨਹੀਂ, ਕੋਈ ਗੁਨਾਹ ਨਹੀਂ, ਕੋਈ ਅਵਗੁਣ ਨਹੀਂ, ਗੁਣ ਹੀ ਗੁਣ ਹੈ, ਬੇਐਬ ਐਬ ਤੋਂ ਰਹਿਤ ਪਵਿੱਤਰ, ਪਰਵਰਦਗਾਰ ਤੂੰ ਪਾਲਣਾ ਕਰਨ ਵਾਲਾ ਹੈ, ਸਭ ਨੂੰ ਰੋਜ਼ੀ ਦੇਣ ਵਾਲਾ ਹੈ, ਚਾਰ ਨਾਮ ਲੈਂਦੇ ਨੇ ਅਤੇ ਉਹਦੇ ਵਿੱਚ ਸਭ ਤੋਂ ਪਹਿਲਾ ਨਾਮ ਕਬੀਰ ਲੈਂਦੇ ਨੇ, ਕਹਿੰਦੇ ਨੇ ਹੇ ਰੱਬ ਤੂੰ ਕਬੀਰ ਹੈ। ਹੱਕਾ
ਸ਼ਬਦ ਦੀ ਇਸ ਲਾਈਨ ਨੇ ਗੱਲ ਤਾਂ ਸਪਸ਼ਟ ਕਰ ਦਿੱਤੀ ਨਾ ਵੀ ਕਬੀਰ ਦਾ ਅਰਥ ਕੀ ਹੈ, ਆਪਾਂ ਨੂੰ ਕਿਤੋਂ ਬਾਹਰੋਂ ਨਹੀਂ ਪਾਲਣਾ ਪਿਆ। ਮੇਰਾ ਤੁਹਾਡਾ ਕੋਈ ਕਿਆਫਾ ਨਹੀਂ ਇਹਦੇ ਵਿੱਚ ਸ਼ਾਮਿਲ, ਤਾਂ ਕਿ ਕੋਈ ਇਸ ਨਾਮ ਤੇ ਇਸ ਅਰਥ ਤੇ ਕਿਸੇ ਨੂੰ ਗੁੰਮਰਾਹ ਕਰ ਸਕੇ। ਯਕ ਅਰਜ ਗੁਫਤਮ ਪੇਸ਼ ਤੋ ਦਰਗੋਸ਼ ਤੁਮ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਤੂੰ ਬੜਾ ਮਹਾਨ ਹੈ, ਬੜਾ ਦਇਆਵਾਨ ਹੈ, ਤੂੰ ਪਵਿੱਤਰ ਹੈ, ਐਬ ਤੋਂ ਰਹਿਤ ਹੈ ਤੇ ਸੰਸਾਰ ਨੂੰ ਪ੍ਰਤਪਾਲਨਾ ਕਰਨ ਵਾਲਾ ਹੈ। ਹੁਣ ਇੱਥੇ ਬਾਬਾ ਕਬੀਰ ਜੀ ਦਾ ਸ਼ਲੋਕ ਆ ਗਿਆ। ਦੇਖੋ ਬਾਬਾ ਕਬੀਰ ਜੀ ਦੇ ਵਿਚਾਰ ਗੁਰੂ ਨਾਨਕ ਦੇ ਵਿਚਾਰਾਂ ਨਾਲ ਕਿੱਡੇ ਮਿਲਦੇ ਨੇ, ਐਵੇਂ ਨਹੀਂ ਇਕੱਠੇ ਬੈਠੇ। ਇੱਕ ਵੱਖਰਾ ਵਿਸ਼ਾ, ਕੱਲ੍ਹ ਨੂੰ ਸਵੇਰੇ ਵੀ ਆਪਾਂ ਕਰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਕੱਠੇ ਕਿਵੇਂ ਬੈਠੇ, ਕਿਉਂਕਿ ਕੱਲ੍ਹ ਨੂੰ ਸਵੇਰੇ ਆਪਾਂ ਮਨਾਉਣਾ ਹੈ ਅੱਜ, ਪਰ ਕੱਲ੍ਹ ਨੂੰ ਆਪਾਂ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਨ ਮਨਾਉਣਾ। ਪੁਰਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼। ਹੁਣ ਦੇਖੋ ਉੱਥੇ ਬਾਬਾ ਕਬੀਰ ਵੀ ਨਾਲ ਬੈਠਾ ਹੈ। ਗੁਰੂ ਨਾਨਕ ਰੱਬ ਨੂੰ ਕਬੀਰ ਆਖ ਰਹੇ ਨੇ, ਇਕੱਠੇ ਕਿਵੇਂ ਬੈਠੇ ਨੇ? ਦੇਖ ਗੁਰੂ ਨਾਨਕ ਰੱਬ ਨੂੰ ਕਬੀਰ ਆਖ ਰਹੇ ਨੇ ਤੇ ਭਲਾ ਬਾਬਾ ਕਬੀਰ ਆਪਣੇ ਆਪ ਨੂੰ ਕਬੀਰ ਕਿਵੇਂ ਆਖ ਸਕਦਾ? ਇਹਦਾ ਮਤਲਬ ਬਾਬਾ ਕਬੀਰ ਆਪਣੇ ਆਪ ਨੂੰ ਮਹਾਨ ਤੇ ਵੱਡਾ ਸਮਝਦਾ ਜੇ ਕਹਿੰਦਾ ਮੇਰਾ ਨਾਂ ਕਬੀਰ ਹੈ ਤਾਂ? ਨਹੀਂ, ਕਹਿੰਦਾ ਤੇਰੋ ਨਾਮ ਕਬੀਰ। ਮੇਰੇ ਕੋਲੋਂ ਕੋਈ ਮੇਰਾ ਨਾਂ ਪੁੱਛੇ ਮੈਂ ਆਪਦਾ ਨਾਂ ਦੱਸਾਂਗਾ ਨਾ। ਬਾਬਾ ਕਬੀਰ ਕੋਲ ਪੁੱਛੋ ਤੇਰਾ ਨਾਂ ਕੀ, ਉਹ ਤੇਰਾ ਨਾਂ ਕਬੀਰ ਉਹ ਕਹਿੰਦੇ ਬਿਲਕੁਲ ਨਹੀਂ। ਰੱਬ ਨੇ ਪੁੱਛਿਆ ਤੇਰਾ ਨਾਂ ਕਬੀਰ, ਕਹਿੰਦਾ ਨਹੀਂ ਤੇਰੋ ਨਾਂ ਕਬੀਰ, ਮੇਰੋ ਨਾਂ ਕਬੀਰ ਨਹੀਂ ਤੇਰੋ ਨਾਂ ਕਬੀਰ ਹੈ। ਮਾਂ ਪਿਓ ਨੇ ਤਾਂ ਤੇਰਾ ਨਾਂ ਰੱਖਿਆ, ਤੇਰਾ ਨਾਂ ਰੱਖਿਆ, ਤੂੰ ਕਹਿਣਾ ਨਹੀਂ। ਕਹਿਣ ਲੱਗੇ ਕਿਉਂਕਿ ਮੈਨੂੰ ਪਤਾ ਲੱਗ ਗਿਆ ਤੂੰ ਕਬੀਰ ਹੈ, ਮੈਨੂੰ ਪਤਾ ਲੱਗ ਗਿਆ ਤੂੰ ਹੀ ਕਬੀਰ, ਬਸ ਇੱਕ ਵੱਡਾ ਹੈ ਹੀ ਤੂੰ, ਤੇਰੇ ਵੱਡਾ ਵਰਗਾ ਹੋਰ ਵੱਡਾ ਹੈ ਹੀ ਕੋਈ। ਹੁਣ ਪੜੋ ਬਾਬਾ ਕਬੀਰ ਜੀ ਦਾ ਸਲੋਕ। ਕਬੀਰਾ ਤੂੰ ਹੀ ਮੇਰੇ ਰੱਬ, ਕਬੀਰਾ ਭਾਵ ਆਪਾਂ ਜੋ ਸੰਬੋਧਨ ਕਰਦੇ ਹਾਂ ਉੱਥੇ ਰੱਬ ਨੂੰ, ਹੇ ਮੇਰੇ ਮਹਾਨ ਰੱਬ ਤੂੰ ਵੱਡਾ ਹੈ ਤੇ ਤੇਰਾ ਨਾਂ ਵੱਡਾ ਹੈ। ਕਬੀਰਾ ਤੂੰ ਹੀ ਜੈਸਾ ਤੂੰ, ਜੈਸਾ ਤੂੰ ਤੈਸਾ ਤੂੰ ਹੀ ਕਬੀਰਾ ਤੂੰ ਹੀ। ਮੇਰੇ ਰੱਬ ਕਬੀਰਾ ਤੂੰ ਹੀ ਵੱਡਾ ਹੈ, ਕਬੀਰ ਤੂੰ ਹੈ, ਵੱਡਾ ਤੂੰ ਹੈ ਤੇ ਤੇਰਾ ਨਾਮ ਵੱਡਾ ਹੈ। ਨਾਮ ਕੇ ਧਾਰੇ ਸਗਲੇ ਜੰਦ, ਤੈਨੂੰ ਵੱਡਾ ਆਖਾਂ ਤੇਰੇ ਨਾਮ ਨੂੰ ਵੱਡਾ ਆਖਾਂ। ਬਸ ਮੈਨੂੰ ਤੇ ਦਿਸ ਪਿਆ, ਪਤਾ ਲੱਗ ਗਿਆ, ਮੈਨੂੰ ਤੇ ਲੋਕ ਆਏ ਬਈ ਕਬੀਰ ਨੂੰ ਕਬੀਰ ਕਬੀਰ ਆਖੀ ਜਾਂਦੇ ਨੇ, ਅਸਲ ਵਿੱਚ ਤਾਂ ਤੂੰ ਹੀ ਉਹ ਕਬੀਰ ਹੈ ਤੇ ਤੇਰਾ ਨਾਂ ਕਬੀਰ ਹੈ।
ਪਰ ਲੋਕਾਂ ਨੂੰ ਪਤਾ ਨਹੀਂ ਕਿਉਂਕਿ ਉਹ ਤੈਨੂੰ ਜਾਣਦੇ ਨਹੀਂ, ਤੈਨੂੰ ਉਹਨਾਂ ਪ੍ਰਾਪਤ ਹੀ ਨਹੀਂ ਕੀਤਾ, ਤੇਰੇ ਨਾਲ ਉਹਨਾਂ ਦਾ ਸੰਬੰਧ ਨਹੀਂ ਜੁੜ ਸਕਿਆ, ਤੈਨੂੰ ਉਹ ਪਛਾਣ ਹੀ ਨਹੀਂ ਸਕੇ, ਇਸ ਲਈ ਉਹ ਮੈਨੂੰ ਕਬੀਰ ਕਬੀਰ ਕਰੀ ਜਾਂਦੇ ਨੇ, ਤੈਨੂੰ ਕਬੀਰ ਨੂੰ ਪਛਾਣਦੇ ਨਹੀਂ ਜੀ। ਫਿਰ ਉਸ ਕਬੀਰ ਨੂੰ ਕਿਵੇਂ ਕੋਈ ਪਛਾਣੇ? ਰਾਮ ਰਤਨ ਤਬ ਪਾਈ ਹੈ, ਰਾਮ ਰਤਨ ਤਬ ਪਾਈ ਹੈ ਜੋ ਪਹਿਲੇ ਤਜੇ ਸਰੀਰ। ਇੱਥੇ ਫਿਰ ਹਰ ਗੱਲ ਸਮਝ, ਇੱਥੇ ਸਰੀਰ ਦਾ ਜ਼ਿਕਰ ਕਿਉਂ ਆਇਆ? ਮਨੁੱਖ ਨੂੰ ਆਪਣੀ ਹੋਂਦ, ਆਪਣੀ ਹਉਮੈ ਤੇ ਆਪਣੀ ਹੋਂਦ ਦਾ ਪ੍ਰਤੀਕ ਸਰੀਰ ਬਣਾਉਂਦਾ, ਦਿਸਣ ਵਾਲੀ ਚੀਜ਼, ਸਥੂਲ ਚੀਜ਼ ਬਣਾਉਂਦੀ। ਹੁਣ ਆਪਾਂ ਪਿਛਲੇ ਹਫ਼ਤੇ ਜਿਹੜਾ ਸਲੋਕ ਆ ਚੁੱਕਾ, ਜ਼ਰਾ ਉਹਨੂੰ ਨਾਲ ਜੋੜ ਕੇ ਦੇਖੀਏ, ਉਹਦੇ ਵਿੱਚ ਕੀ ਲਫ਼ਜ਼ ਸਨ ਕਿ ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਜਾਣਿਆ ਕੋਈ। ਪਿਛਲੀ ਵਾਰ ਦਾ ਸਲੋਕ ਹੈ, ਸੰਸਾਰ ਮਰਿਆ ਮਰ ਰਹੇ, ਦੁਨੀਆ ਮਰ ਰਹੀ ਹੈ, ਅਤੇ ਲਫ਼ਜ਼ ਸਨ ਤਿੰਨ ਤਰ੍ਹਾਂ ਦੀ ਮੌਤ, ਸਰੀਰ ਦੀ ਮੌਤ, ਜ਼ਮੀਰ ਦੀ ਮੌਤ ਅਤੇ ਹਉਮੈ ਦੀ ਮੌਤ। ਸਰੀਰ ਦੀ ਮੌਤ ਤਾਂ ਦੁਨੀਆਂ ਦਾ ਹਰ ਮਨੁੱਖ ਮਰਦਾ ਹੈ, ਦੁਨੀਆਂ ਦਾ ਕੋਈ ਮਨੁੱਖ ਸਰੀਰ ਧਾਰੀ ਇਹ ਨਹੀਂ ਕਹਿ ਸਕਦਾ ਮੈਂ ਕਦੀ ਨਹੀਂ ਮਰਾਂਗਾ, ਸਰੀਰ ਦੀ ਮੌਤ ਸਾਰਿਆਂ ਤੇ ਆਉਂਦੀ। ਜ਼ਮੀਰ ਦੀ ਮੌਤ ਵੀ ਬਹੁਤ ਸਾਰੇ ਲੋਕ ਮਰ ਰਹੇ ਨੇ, ਉਹਨਾਂ ਦੀ ਗਿਣਤੀ ਵੀ ਕਾਫੀ ਹੈ ਜਿਹੜੇ ਜ਼ਮੀਰ ਦੀ ਮੌਤ ਵੀ ਮਰ ਰਹੇ ਨੇ। ਇਹ ਦੋ ਤਰ੍ਹਾਂ ਦੀ ਮੌਤ ਤਾਂ ਸੰਸਾਰ ਵਿੱਚ ਦੇਖੀ ਜਾ ਸਕਦੀ ਹੈ, ਸਰੀਰ ਦੀ ਮੌਤ ਵੀ, ਜ਼ਮੀਰ ਦੀ ਮੌਤ। ਇੱਕ ਮੌਤ ਉਹ ਹੈ ਜਿਹਦੀ ਕੋਈ ਜਾਣਦਾ ਹੀ ਨਹੀਂ ਕਿਵੇਂ ਮਰੀਦਾ, ਲਓ ਕਿਉਂਕਿ ਆਖਰੀ ਲਫ਼ਜ਼ ਇਹ ਹੈ ਮਰਤਾ ਮਰਤਾ ਜਗ ਮੂਆ, ਮਰ ਬਿਨ ਨਾ ਜਾਣਿਆ ਕੋਈ ਹੈ। ਇਹਦਾ ਮਤਲਬ ਕੋਈ ਮੌਤ ਉਹ ਵੀ ਹੈ ਜਿਹੜੀ ਸੰਸਾਰ ਨੂੰ ਮਰਨਾ ਨਹੀਂ ਆਉਂਦਾ, ਸਰੀਰ ਦੀ ਮੌਤ ਸੰਸਾਰ ਦੇ ਹਰ ਮਨੁੱਖ ਦੀ ਆਉਣੀ, ਤੇ ਜ਼ਮੀਰ ਦੀ ਮੌਤ ਮਨੁੱਖ ਆਪ ਸੇੜ ਰਿਹਾ, ਗੁਲਾਮ ਹੋ ਰਿਹਾ। ਉਹ ਕਿਹੜੀ ਮੌਤ ਹੈ ਜਿਹਨੂੰ ਮਨੁੱਖ ਜਾਣਦਾ ਹੀ ਨਹੀਂ, ਜਿਹਦੇ ਨਾਲ ਇਹਦਾ ਸੰਬੰਧ ਹੀ ਨਹੀਂ ਜੁੜਿਆ? ਕਿਹ ਲੱਗੇ ਉਹ ਮੌਤ ਹੈ ਆਪਣੀ ਹੋਂਦ ਦੀ, ਹੋਂਦ ਦੀ ਇਹ ਕੋਈ ਨਹੀਂ ਜਾਣਦਾ। ਦੁਨੀਆਂ ਦੇ ਲੋਕ ਸੰਸਾਰ ਵਿੱਚ ਰਹਿੰਦੇ ਆ, ਆਪਣੀ ਆਪਣੀ ਹੋਂਦ ਨਹੀਂ ਛੱਡ ਸਕਦੇ, ਤੇ ਉਹ ਹੋਂਦ ਦੀ ਮੌਤ, ਆਪਣੀ ਹੋਂਦ ਦੀ ਮੌਤ, ਕਿਉਂਕਿ ਗੁਰੂ ਨੇ ਬਾਣੀ ਰੱਖਿਆ ਸਰੀਰ ਕਰਕੇ ਹੈ, ਜਿੰਨੀ ਦੇਰ ਮਨੁੱਖ ਸਰੀਰ ਵਿੱਚ ਹੈ ਨਾ, ਤਨ ਵਿੱਚ ਹੈ, ਉਨੀ ਦੇਰ ਹੋਂ ਬਣੀ ਹੋਈ ਹੈ, ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ। ਪਰ ਪਿਛਲੇ ਹਫ਼ਤੇ ਆ ਲਾਈਨ ਆਈ ਸੀ ਕਿ ਉਹ ਜਿਹੜਾ ਕੋਈ ਨਹੀਂ ਜਾਣਦਾ ਉਹ ਮੌਤ ਕਿਹੜੀ ਹੈ, ਉਹ ਸਰੀਰ ਦਾ ਸੰਬੰਧ ਨਹੀਂ ਰੱਖਦੀ, ਉਹ ਕੀ ਹੈ? ਸ਼ਬਦ ਮਾਰੋ
फिर जीवो सद ही ऐसी मरनी जो मरे तो फिर मरन ना हो ऐसी तीसरी लौट जो मर भी न जाने को जेड़ी मौत कोई नहीं जानता बाबा कृप जी का एक शब्द है श्री गुरु ग्रंथ साहिब चौर कह लगे मरनो मरन कहे सब कोई सहजे मरे मरण की गल सारे कर देने कर देने पर उन्होंने इस मौत का पता नहीं वो मरण दी गल्ला करके डरते ने सहमते जे किसी के सामने मरण की मौत की गल करो वो सहमता है पर वे नहीं पता एक मौत होर भी है जेड़ा वो मरण जान लै वो अमर हो जाता है बाबा कुड़ी जी का शब्द है मरनो मरन कहे सब कोई सहजे बहे अमर हो सोई अमर हो जाता उसकी तो मौत खत्म हो जाती हूँ आप इन्ने बैठे हैं जरा सारे गरीबों में अंदर चात मार के देखिए सानू उस मरण का कोई पता है जिस मरण नाल अमर हो जाइए कदी ना मरिए मुड़ के मौत ना आवे इन्हें बैठे सत्संग करने वाले तो गुरु ने आख दिता बाबा कबीर जी ने पिछली बार शब्द आ गया ऐसी मरनी जो मरे ऐसी मरनी जो मरे बोर ना मरना हो बल्कि बाबा कबीर कहन लगे जो तो मैनू ये पता लग गया ना हूं तो मैं ढूंढता फिरना भी मैं वो मौत किवे मरा अब कैसे मरू मरन मन मानिया तो मेरा मन मान गया मर जाना चाहिए हूँ वो नहीं शरीर की मौत वो तो दुनिया की आँदी ही आँदी फिर कैसे मरने वाली गल के नहीं रहेगी जमीर की मौत जी मनुख की अदवाटी मौत है कहन लगे वो कि मौत है जी बाबा कबीर कहता मैं हूँ सोचता किमें मरा अब कैसे मरो मरन मन मानिया मेरा मन मन गया मरना चाहिए हूँ कैसे का जवाब है श्री गुरु ग्रंथ साहब कहते हैं शब्द मारो शब्द मारो फिर जीवो सद ही फिर मरन ना हो लो आ है वो मौत जिन्हों तीजी कहते जिंदा पता ही किसी नू शब्द के सामने मरना आता ही नहीं गुरु कहते शब्द के सामने मरना की है ऐस अज के श्लोक की भी अगले श्लोक की लाइन आखिर पढ़े शब्द के सामने मरना है कि मैं इसकी किसी पिछली बार मरण की परिभाषा तरकीब तो इको जी है मरण तो बाद जो मरता वो कुछ नहीं कर सकता लाश पई कुछ नहीं कर सकता जिहड़ा किसी का गुलाम है वह भी अपनी मर्जी ना कुछ नहीं कर सकता तो कह लगे मरण की परिभाषा नहीं बदलनी जो मनुख शब्द के सामने अपना आप मार लाएगा ना उनका मतलब भी ये होएगा हे शब्द गुरु जो तू चाहे वह मेरे जीवन की उसारी कर मैं कुछ नहीं कर सकता हाँ किच ना ही मैं कुछ नहीं कर सकता जीव तुम रखो तिव ही रहना जो तुम कहो सोई मैं करना जे दूजा गसा लें तो वैसा स्वामी जो भेजे तो जाओ मेरी अपनी कोई मर्जी नहीं क्योंकि मैं मर चुका तेरे शब्द दिते हे गुरु शब्द गुरु है हे सतगुरु मैं तेरे सामने अपना जीवन समर्पण कर चुका मर चुका हूँ मेरी होंद कोई नहीं जो तू दे सोई हो खाओ ब्याह दर नहीं
ਕਹਿ ਦਰ ਜਾਊਂ, ਮੈਨੂੰ ਹੋਰ ਕੋਈ ਦਰ ਹੀ ਨਹੀਂ ਦਿਸਦਾ, ਮੈਂ ਕਿਸ ਦਰ 'ਤੇ ਜਾਊਂ? ਤੇਰੇ ਦਰ 'ਤੇ ਆ ਕੇ ਟਹਿ ਫਿਰ ਵਿਕਰ। ਇਹਨੂੰ ਕਹਿੰਦੇ ਨੇ ਸ਼ਬਦ ਦੇ ਸਾਹਮਣੇ ਲੜਨਾ, ਆਪਣੀ ਹੋਂਦ ਖਤਮ ਕਰਨਾ। ਅਤੇ ਅੱਜ ਦੇ ਸਲੋਕ ਵਿੱਚ ਬਾਬਾ ਕਬੀਰ ਨੇ ਆਖਿਆ, ਹੇ ਮੇਰੇ ਰੱਬ ਤੂੰ ਮਹਾਨ ਹੈ, ਤੇਰਾ ਨਾਮ ਕਬੀਰ, ਤੂੰ ਵੱਡਾ ਹੈ, ਪਰ ਤੇਰੇ ਨਾਮ ਦੀ ਪ੍ਰਾਪਤੀ ਕਿਵੇਂ ਹੋਵੇ? ਕਹਿੰਦੇ ਨੇ ਉਹ ਤਾਂ ਹੋਵੇ ਜੇ ਪਹਿਲਾਂ ਆ ਸਰੀਰ ਦਰਮਿਆਨ ਵਿੱਚੋਂ ਨਿਕਲ ਜਾਏ, ਕਿਉਂਕਿ ਬਾਕੀ ਮੌਤਾਂ ਸਰੀਰ ਦੀਆਂ ਨੇ। ਰਾਮ ਰਤਨ ਤਪ ਪਾਈ ਹੈ ਜੋ ਪਹਿਲੇ ਤਜੇ ਸਰੀਰ। ਆਹ ਜਿਹੜੀ ਹੋਂਦ ਮੇਰੀ ਬਣੀ ਹੋਈ ਹੈ ਨਾ, ਵੀ ਮੈਂ ਵੀ ਕੁਝ ਹਾਂ, ਇਹ ਦਰਮਿਆਨ ਵਿੱਚੋਂ ਨਿਕਲ ਜਾਏ, ਨਿਕਲ ਜਾਏ। ਹੁਣ ਕਹਿਣ ਲੱਗੇ, ਉਸ ਤੋਂ ਬਾਅਦ ਇਸ ਦਾ ਪਤਾ ਕਿਵੇਂ ਲੱਗੇ ਕਿ ਮੇਰੀ ਹੋਂ ਖਤਮ ਹੋ ਗਈ? ਕਿਉਂਕਿ ਦੁਨੀਆਂ ਦਾ ਹਰ ਮਨੁੱਖ ਇਹ ਗੱਲ ਚਲੋ ਵਿਦਵਾਨ ਗਿਆਨੀ ਤਾਂ ਸਮਝ ਰਹੇ ਨੇ। ਕਹਿਣ ਲੱਗੇ, ਇਸ ਗੱਲ ਦਾ ਵੀ ਕਿਵੇਂ ਪਤਾ ਲੱਗੇ ਵੀ ਇਹਦੇ ਵਿੱਚੋਂ ਹੋਂ ਖਤਮ ਹੋ ਗਈ? ਕਹਿਣ ਲੱਗੇ, ਉਹਦੀ ਪਛਾਣ ਮੈਂ ਤੁਹਾਨੂੰ ਦੱਸਦਾ। ਬਾਬਾ ਕਬੀਰ ਕਹਿੰਦੇ, ਆਪਣੀ ਕਸਵੱਟੀ ਤੇ ਪਰਖ ਦੇ ਅੰਦਾਜ਼ ਵਿੱਚ ਜਦੋਂ ਪਰਖਦਾ ਹੈ, ਉਹਦਾ ਪਤਾ ਕਿਵੇਂ ਲੱਗਦਾ ਹੈ? ਜਿਹੜੇ ਉਪਰੋਂ ਉਪਰੋਂ ਗੱਲਾਂ ਕਰਨ ਵਾਲੇ ਨੇ, ਉਸਦੀ ਕਸੌਟੀ ਤੇ ਟੇਕਣੇ, ਉਹਨਾਂ ਦੀ ਹੋਂਦ ਹੋਣ ਕਿਉਂਕਿ ਖਤਮ ਨਹੀਂ ਹੁੰਦੀ। ਕਸਵੱਟੀ ਤੇ ਲਾ ਕੇ ਉਸਦੇ ਜੀਵਨ ਦੀ ਪਰਖ ਕਰਦਾ ਹੈ ਤੇ ਉਹ ਹੀ ਪੂਰਾ ਉਤਰਦਾ ਹੈ। ਫਿਰ ਜਿਵੇਂ ਪਹਿਲੇ ਲਫ਼ਜ਼ ਆ ਗਿਆ, ਉਹ ਹੀ ਪੂਰਾ ਉਤਰਦਾ ਜੋ ਮਰ ਜੀਵਾ, ਜਿਹੜਾ ਸ਼ਬਦ ਦੇ ਸਾਹਮਣੇ ਮਰ ਕੇ ਜਿਉਂਦਾ ਹੋਇਆ ਹੋਵੇ। ਸ਼ਬਦ ਮਰੋ ਫਿਰ ਜੀਵੋ ਸੋਹੀ, ਇਹਨੇ ਤਾਂ ਹੋਰ ਭੇਤ ਖੋਲ ਦਿੱਤਾ। ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਦੀ ਆੜ ਵਿੱਚ ਅਸੀਂ ਕਹਾਣੀਆਂ ਘੜਦੇ ਹਾਂ। ਨਰਜੀਵਾ ਕੌਣ ਹੈ? ਮਰ ਕੇ ਜਿਉਂਦਾ ਹੋਇਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ਬਦ ਹੈ, ਸਤਿਗੁਰ ਮੇਰਾ ਸਰਬ ਪ੍ਰਤਪਾਲੇ, ਸਤਿਗੁਰ ਮੇਰਾ ਮਾਰ ਜੀਵਾਲੇ, ਮਰ ਜੀਵਾ। ਅਤੇ ਅਸੀਂ ਇਸ ਸ਼ਬਦ ਦੀ ਆੜ ਲੈ ਕੇ ਕਹਾਣੀਆਂ ਘੜ ਲਈਆਂ, ਬੱਕਰੇ ਮਾਰੇ ਕਿ ਸੀਸ ਵੰਡੇ। ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਨ੍ਹਾਂ ਨੇ ਗੁਰੂ ਦਸਮ ਪਾਤਸ਼ਾਹ ਜੀ ਦੇ ਸਾਹਮਣੇ ਆ ਕੇ ਆਪਣਾ ਆਪ ਸਮਰਪਣ ਕਰ ਦਿੱਤਾ, ਜੀ ਸਾਡਾ ਜੀਵਨ ਹੁਣ ਤੁਹਾਡਾ ਹੈ, ਜਿਵੇਂ ਮੇਰਾ ਗੁਰੂ ਆਗਿਆ ਕਰੇ, ਜਿਵੇਂ ਮੇਰਾ ਗੁਰੂ ਹੁਕਮ ਕਰੇ, ਮੇਰੀ ਆਪਣੀ ਹੋਂਦ ਖਤਮ ਹੋ ਗਈ। ਉਹ ਹੈ ਮਰ ਜੀਵਾ, ਮਰ ਕੇ ਜਿਉਂਦਾ ਹੋਣ ਵਾਲਾ। ਗੁਰਬਾਣੀ ਇਸ ਗੱਲ ਦਾ ਫੈਸਲਾ ਦੇ ਰਹੀ, ਕਹਿੰਦੇ ਰਾਮ ਕਸੌਟੀ ਸੋ ਸਹੇ, ਰਾਮ ਕਸੌਟੀ ਸੋ ਸਹੇ, ਮਰ ਜੀਵਾ ਹੋ ਜੋ
ਨੂੰ ਪ੍ਰਾਪਤ ਕਰਨ ਲਈ ਪਹਿਲਾਂ ਤੈਨੂੰ ਇਹ ਸਰੀਰ ਰੂਪ ਆਉਂ ਜਿਹੜੀ ਦਰਮਿਆਨ ਵਿੱਚ ਖਲੋਤੀ ਹੈ ਉਹ ਤਿਆਗਣੀ ਪਏਗੀ। ਖਤਮ ਕਰਕੇ ਪਿਛਲੀ ਵਾਰ ਕਿ ਤੁਸੀਂ ਤੂੰ ਕਰਤਾ ਕਰਨਾ ਮੈਂ ਨਾਹੀਂ ਜਾਂ ਆਉਂ ਕਰੀ ਨਾ ਹੋਈ, ਬਸ ਇਹ ਦੋ ਗੱਲਾਂ ਦੋ ਲਾਈਨਾਂ ਅੰਦਰ ਸਮਝ ਲੈਣਾ ਹੀ ਕਬੀਰ ਦੇ ਨਾਮ ਦੀ, ਕਬੀਰ ਦੇ ਪ੍ਰਭੂ ਕਬੀਰ ਦੀ ਪ੍ਰਾਪਤੀ ਦਾ ਜ਼ਰੀਆ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।